ਕਰੋਨਾ ਵਾਇਰਸ ਪੂਰੀ ਦੁਨੀਆਂ 'ਚ ਫੈਲ ਗਿਆ ਔਰ ਉਹਦਾ ਇੰਪੈਕਟ ਹਿੰਦੁਸਤਾਨ 'ਚ ਬਹੁਤ ਪਿਆ। 5-7 ਦਿਨ 'ਚੋਂ ਜਦੋਂ ਤਬਲੀਗੀ ਦਾ ਮਾਮਲਾ ਆਇਆ, ਇਹ ਦਿਨ ਬ ਦਿਨ ਵੱਧਦਾ ਜਾ ਰਿਹਾ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਨਾ ਕਿ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਐਸਾ ਕੰਮ ਕੀਤਾ ਕਿ ਅੱਜ ਉਹਨੂੰ ਅਵਾਰਡ ਹੀ ਮਿਲਿਆ, ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਅਵਾਰਡ ਅੱਜ ਮੋਦੀ ਜੀ ਨੂੰ ਮਿਲਿਆ, ਯੂਨੀਅਨ ਨੂੰ ਦਿੱਤਾ ਹੈ। ਇਸ ਗੱਲ ਦਿੱਤਾ ਕਿ ਉਹਨਾਂ ਨੇ ਆਪਣੇ ਕਰੋਨਾ 'ਤੇ ਕੰਟਰੋਲ ਕਰਨ ਵਾਸਤੇ ਪਹਿਲ ਕੀਤੀ ਹੈ। ਅਤੇ ਮੈਂ ਸਾਰੀ ਦੁਨੀਆ ਨੂੰ, ਹਿੰਦੁਸਤਾਨ ਵਾਲਿਆਂ ਨੂੰ ਬੇਨਤੀ ਕਰਦਾ ਕਿ ਜੋ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਹੈ ਉਦੋਂ ਅਸਰ ਕਰੋ ਔਰ ਲੋਕਡਾਊਨ ਦਾ ਪੂਰਾ ਪਾਲਣ ਕਰੋ। ਸਟੇ ਐਟ ਹੋਮ, ਘਰ ਰਹੋਗੇ ਤਾਂ ਬਚਾ ਰਹੋਗੇ। ਬਹੁਤ ਬਹੁਤ ਧੰਨਵਾਦ।